ਪਰਮਜੀਤ ਪਰਮਜੀਤ ਜੀ ਜਿਹੜਾ ਆਪਣਾ ਨੌਜਵਾਨ ਦੀ ਡੈਥ ਹੋਈ ਕਿੰਨੇ ਸਾਲ ਦੀ ਉਮਰ ਸੀ? ਕੀ ਸਾਲ ਜੀ? ਜੀ ਕੀ ਗੇਮ ਕਰਦਾ ਸੀ? ਬਖਸ਼ਣ ਖੇਡ। ਅੱਛਾ ਜੀ, ਕਿਸ ਤਰ੍ਹਾਂ ਇਹ ਰਾਹ 'ਤੇ ਪਿਆ? ਕਿਉਂਕਿ ਜਿਹੜਾ ਇੱਕ ਪਲੇਅਰ ਦਾ ਰਸਤਾ ਹੁੰਦਾ ਤਾਂ ਗਰਾਊਂਡ ਵੱਲ ਹੁੰਦਾ, ਨਸ਼ੇ ਵੱਲ ਕਿਸ ਤਰ੍ਹਾਂ ਦੇ ਕਦੋਂ ਪਿਆ? ਬਸ ਜੀ, ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ, ਜਿਹੋ ਜਿਹਾ ਕੋਈ ਕੰਮ ਧੰਦਾ ਕਰਦਾ ਉਹ ਆਪਦੇ ਵੱਲ ਹੀ ਲੈ ਆਊਗਾ। ਮੇਰਾ ਬੱਚਾ ਅਣਭੋਲ ਤੀ, ਨਿਆਣੀ ਮੱਤ ਲਾ ਲਓ, ਕੁਛ ਵੀ ਲਾ ਲਓ, ਪਰ ਉਹਨੇ ਇਹ ਚੀਜ਼ ਦਾ ਨਹੀਂ ਪੱਤੀ ਮੇਰੇ ਨਾਲ ਇੱਦਾਂ ਹੋ ਜੂ। ਉਹਨੇ ਬਸ ਪਰਮਾਤਮਾ ਜਾਣਦਾ ਉਹਦੇ ਨਾਲ ਕੀ ਬਣਿਆ ਕੀ ਨਾ ਬਣਿਆ। ਬਸ ਸਾਡੇ ਮੰਨ ਲਓ ਜਾਂ ਸਾਡੇ ਜਿਗਰ ਦਾ ਕਲੇਜਾ ਡਿੱਗਣਾ ਸੀ, ਟੁੱਟ ਕੇ ਬਾਹਰ ਦਿਲ। ਮੈਂ ਇਹੀ ਚਾਹੁੰਦਾ, ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ, ਕਿਸੇ ਨਾਲ ਮੇਰਾ ਵੈਰ ਨਹੀਂ। ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ। ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਭਾਣਾ ਮਿੱਠਾ ਮੰਨ ਕੇ ਬੈਠਾ ਚੁੱਪ ਕਰ, ਪਰ ਹੋਰ ਬੱਚਿਆਂ ਨਾਲ ਨਾ, ਕਿਸੇ ਦਾ ਨੁਕਸਾਨ ਨਾ ਹੋਵੇ, ਪੰਜਾਬ 'ਚ ਕਿਤੇ ਵੀ ਨਾ ਹੋਵੇ, ਬੱਚੇ ਗੇਮ ਲੱਗਣ, ਮਾਂ ਪਿਓ ਨੂੰ ਸਹਾਰਾ ਬਣਨ, ਮਾਂ ਪਿਓ ਦਾ ਅੱਗੇ। ਮੈਂ ਇਹ ਇੰਨਾ ਚਾਹੁੰਦਾ ਕਹਿਣਾ ਚਾਹੁੰਦਾ। ਪ੍ਰਸ਼ਾਸਨਿਕ ਅਧਿਕਾਰੀ ਜਾਂ MLA ਸਾਹਿਬ ਦੀ ਗੱਲ ਕਰੀਏ, ਗੁਰਪਾਲ ਸਿੰਘ, ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ। ਰੋਡ ਦੇ ਉੱਤੇ ਕਿੰਨੇ ਕਿੰਨੇ ਮਹਿਕਮੇ ਬਣਾ ਤੇ, ਰੋਡ ਨੂੰ ਸੁਰੱਖਿਆ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰਤੀ। ਜੇ ਇੱਕ ਪੁਲਿਸ ਭਰਤੀ ਨਵੀਂ ਰੋਡਾਂ 'ਤੇ ਨਸ਼ਾ ਆਉਣ ਵਾਲੇ ਨੂੰ ਨੱਥ ਪਾਈ ਜਾਵੇ, ਉਹ ਪਾਰਟੀ ਲਾ ਦੇਣਗੇ ਇੱਕ, ਕਿਵੇਂ ਨਾ ਰੁਕੇ? ਰੁਕ ਸਕਦਾ, ਸਭ ਕੁਛ ਰੁਕਦਾ ਜੀ, ਸਭ ਕੁਛ ਰੁਕਦਾ ਵੀਰ ਜੀ। ਮਾਤਾ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਆਪਾਂ ਕਹਿ ਸਕਦੇ ਕਿ ਹਰ ਦੂਜੇ ਤੀਜੇ ਘਰ 'ਚ ਅੱਜ ਜਿਹੜੀ ਨਸ਼ੇ ਕਰਕੇ ਮੌਤ ਹੋ ਰਹੀ ਹੈ, ਜਿਹੜਾ ਤੁਹਾਡਾ ਲੜਕਾ ਸੀ ਇੱਕ ਪਲੇਅਰ ਸੀਗਾ, ਪਰ ਪਰਮਾਤਮਾ ਨੇ ਕਿਹੜੇ ਰਾਹੇ ਬਹਿ ਕੇ ਅੱਜ ਜਿਹੜਾ ਪੂਰਾ ਹੋ ਗਿਆ, ਕੀ ਕਹਿਣਾ? ਇੱਕ ਤਾਂ ਜੀ ਇਹ ਕਹਿਣਾ ਚਾਹੁੰਦੇ ਹਾਂ ਵੀ ਅਮਲ ਰੋੜੇ ਨੂੰ ਵੀ ਤੁਹਾਡੇ ਸਲਾਮ ਵਿੱਚ ਸ਼ਰਿਆਮ ਚਿੱਟਾ ਵਿਕ ਰਿਹਾ, ਤੁਸੀਂ ਉਹਨਾਂ 'ਤੇ ਨੱਥ ਪਾਓ। ਉਹ ਬਾਅਦ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੀ ਹਾਂ ਜੀ, ਇਹ ਨੇੜੇ ਆ ਸਾਡੇ, ਇਹ ਗੌਰ ਕਿਉਂ ਨਹੀਂ ਕਰਦਾ? ਸਾਡੀ ਗੌਰ ਕਰਨੀ ਚਾਹੀਦੀ ਜੀ, ਨਵੇਂ ਬੱਚਿਆਂ ਦੀ, ਸਾਡੇ ਨਾਲ ਜਿਹੜਾ ਕੁਛ ਹੋਣਾ ਤੇ ਹੋ ਗਿਆ, ਮੈਂ ਆਉਣ ਵਾਲੀ ਪੀੜ੍ਹੀ ਨਾਲ ਹੋਵੇ ਜੀ। ਮਾਤਾ ਜੀ, ਜੇ ਗੱਲ ਕਰੀਏ ਤੁਸੀਂ ਪੁਲਿਸ ਸਟੇਸ਼ਨ ਜਦੋਂ ਜਾਂਦੇ ਹੋ ਉੱਥੇ ਤੁਸੀਂ ਦੱਸਦੇ ਹੋ ਕਿ ਆਹ ਬੰਦੇ ਵੇਚ ਰਹੇ, ਕਿ ਉਹਨਾਂ ਖਿਲਾਫ਼ ਕੋਈ ਕਾਰਵਾਈ ਹੋਈ? ਕੌਣ ਕੌਣ ਬੰਦੇ ਸੀਗੇ? ਉਹ ਨੇ ਜੀ, ਇੱਕ ਆਪਣੇ ਸਾਪਰ ਕਲਾਂ ਤੋਂ ਜੀ, ਇੱਕ ਦਾ ਨਾਮ ਕਾਲਾ ਹੈਗਾ, ਇੱਕ ਹੋਗਾ ਕਾਲਾ ਨਿੱਕਾ, ਇੱਕ ਸੋਨੀ ਹੈ ਜੀ, ਸੋਨੀ ਹੈ ਮੁੰਡਾ, ਬਾਕੀ ਸੁਨਾਮ ਦੇ ਵਿੱਚ ਨੇ ਜੀ। ਮੈਂ ਖੁਦ ਜਾ ਕੇ ਆਈ ਹਾਂ ਸੁਨਾਮ ਵਾਲਿਆਂ ਦੇ ਘਰ ਵੀ ਜਾ ਕੇ ਆਈ ਹਾਂ, ਕਾਲੇ ਦੇ ਘਰ ਵੀ, ਇਹਦੇ ਆਪਣੇ ਸੋਨੀ ਦੇ ਘਰ ਵੀ ਜਾ ਕੇ ਆਈ। ਸੋਨੀ ਦੇ ਘਰ ਵਾਲਿਆਂ ਨੇ 3000 ਰੁਪਇਆ ਲੈ ਲਿਆ ਬੇਟੇ ਤੋਂ, ਉਹਦੇ ਬਾਅਦ 'ਚ ਉਹਨੂੰ ਟੋਫੀ ਦਿੱਤੀ ਜੀ ਪਾ ਕੇ, ਟੋਫੀ ਤੋਂ ਉਹਦੇ ਘਰ ਆ ਕੇ ਉਹਨੇ ਸਭ ਕੁਝ ਦੱਸਤਾ, ਮੰਮੀ ਐਂ ਕਰਕੇ ਕਹਿੰਦਾ ਮੇਰੇ ਨਾਲ ਧੋਖਾ ਹੋ ਗਿਆ, ਮੇਰੇ ਕੋਲ ਫੋਨ 'ਚ ਉਹਦੇ 'ਚ ਰਿਕਾਰਡਿੰਗ ਕਾਲ ਹੋ ਗਈ, ਮੈਂ ਰਿਕਾਰਡਿੰਗ ਸੁਣ ਕੇ ਫਿਰ ਮੈਂ ਸੋਨੀ ਨੂੰ ਫੋਨ ਲਾਇਆ ਜੀ, ਮੈਂ ਐਂ ਕਰਕੇ ਸੋਨੀ ਤਾਂ ਮੇਰੇ ਬੇਟੇ ਤੋਂ ਪੈਸੇ ਲਿੱਤੇ ਨੇ, ਉਹ ਕਹਿੰਦਾ ਮੈਂ ਲਿੱਤੇ ਨਹੀਂ ਜੀ, ਮੁੱਕਰ ਗਿਆ। ਫਿਰ ਘਰ ਵੱਗ ਗਈ ਘਰ ਵਾਲੇ ਦੀ, ਕਹਿੰਦੀ ਕੋਈ ਗੱਲ ਨਹੀਂ ਜੀ, ਮੈਂ ਤੁਹਾਨੂੰ 6 ਤਰੀਕ ਨੂੰ ਮੋੜ ਦੂੰ। ਜਦੋਂ 6 ਤਰੀਕ ਨੂੰ ਗਈ ਜੀ ਉਹਨਾਂ ਦੇ ਘਰ, ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਤਾ ਜੀ, ਉਹਦੀ ਘਰ ਵਾਲੀ ਨੇ ਸੋਨੀ ਦੀ ਨੇ, ਕਹਿੰਦੀ ਮੈਂ ਤੁਹਾਡਾ ਕੋਈ ਪੈਸਾ ਨਹੀਂ ਦੇਣਾ, ਸਾਡੇ ਘਰੇ ਕੋਈ ਚਿੱਟਾ ਨਹੀਂ ਵਿਕਦਾ ਜੀ, ਸ਼ਰਿਆਮ ਉਹਨਾਂ ਦੇ ਘਰੇ ਚਿੱਟਾ ਵਿਕਦਾ ਜੀ। ਕੰਪਲੇਂਟ ਕੀਤੀ ਸੀ ਜੀ ਮੈਂ ਆਪਣੇ ਜਿਵੇਂ ਫੋਨ ਕੀਤਾ ਸੀ ਉਹਨਾਂ ਨੂੰ ਜੀ, ਗੁਰਬਚਨ ਸਰ ਨੂੰ, ਮੈਂ ਐਂ ਕਰ ਸਰ ਮੈਂ ਨਾ ਸਭ ਰੱਖ ਖੜੀ ਹੈਗੀ ਵੀ ਸਭ ਰੱਖ ਐਂ ਕਰਕੇ ਤੁਸੀਂ ਵੀ ਛਾਪਾ ਮਾਰੋ ਹੁਣੇ ਹੁਣੇ, ਇਹਨਾਂ ਦੇ ਘਰੋਂ ਮੇਰਾ ਬੇਟਾ ਚਿੱਟਾ ਲੈ ਕੇ ਜਾਂਦਾ ਜੀ, ਹੁਣ ਵੀ ਇਹ ਮੈਨੂੰ ਧਮਕੀਆਂ ਦੇ ਕੇ ਘਰੋਂ ਬਾਹਰ ਕੱਢਿਆ ਜੀ, ਅਤੇ ਪੁਲਿਸ ਵਾਲੇ ਕਹਿੰਦੇ ਨਹੀਂ ਜੀ ਅਸੀਂ ਨਹੀਂ ਕਰ ਸਕਦੇ ਹੈਗੇ ਵੀ ਤੁਸੀਂ ਉੱਤੇ ਉੱਪਰ ਫੋਨ ਕਰੋ, ਕਿਸੇ 'ਚੋਂ ਵੈਸੇ ਤੁਸੀਂ ਫੋਨ ਕੀਤਾ ਸੀ ਜੀ, ਉਹ ਕਹਿੰਦੇ ਕੰਪਲੇਂਟ ਲਿਖਾ ਕੇ ਜਾਓ ਜੀ। ਬਸ ਉਹਨਾਂ ਨੇ ਮੈਨੂੰ ਉਲਝਾ ਲਿਆ ਜੀ, ਉਲਝਾਉਣ ਕਰਕੇ ਬੇਟੇ ਦੀ ਮੌਤ ਹੋ ਗਈ। ਇੱਕ ਬੰਦਾ ਤਾਂ ਜੀ ਮੰਨ ਲਓ ਖੜਾ ਰੇਟ ਲਿਖਾਉਣ ਆਊਗੀ, ਉਹ ਬੰਦੇ ਭੱਜ ਜਾਣਗੇ, ਫਿਰ ਕੌਣ ਫੜੂਗਾ ਜੀ ਉਹਨਾਂ ਨੂੰ? ਜੀ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਸਹੀ ਮੰਗ ਕਰਨੀ ਚਾਹੁੰਦੇ ਜੀ ਵੀ ਬਸ ਚਿੱਟਾ ਬੰਦ ਹੋਵੇ, ਮੇਰਾ ਪਤਾ ਤਾਂ ਚੱਲਿਆ ਗਿਆ ਜੀ, ਹੋਰ ਨਾ ਕਿਸੇ ਦਾ ਕੋਈ ਪਤਾ ਚੱਲਿਆ ਜਾਵੇ।
ਕਿਤੇ ਨਾ ਕਿਤੇ ਜਿਹੜੀ ਪੁਲਿਸ ਆ ਉਹ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਅਪਲਾਈ ਕੀਤੀ। ਦੇਖੋ ਜੀ, ਅਸੀਂ ਇੱਕ ਉਸ ਸਥਾਨ ਤੇ ਬੈਠੇ ਆ ਇਸ ਇਲਾਕੇ ਵਿੱਚ ਮਸਤੂ ਵਾਲੇ ਸੰਤ ਸਿੰਘਾਂ ਦਾ ਬਹੁਤ ਵੱਡਾ ਨਾਮ, ਇਹ ਉੱਥੋਂ ਦਾ ਜਨਮ ਸਥਾਨ ਹੈ ਤੇ ਆ 6 ਕਿਲੋਮੀਟਰ ਦੂਰ ਇਸ ਬੇਗੈਰਤ ਮੁੱਖ ਮੰਤਰੀ ਦਾ ਪਿੰਡ ਹੈ। ਅਮਨ ਅਰੋੜੇ ਦੇ ਘਰ ਦੇ ਗੁਆਂਢ ਦਾ ਜਿਹੜਾ ਚਿੱਟਾ ਵਿਖਦਾ ਦਾ ਸੀ ਰਹੀ ਮਾਤਾ ਹੈ। ਮੈਂ ਦੁੱਖ ਹੁੰਦਾ ਵੇਖ ਕੇ ਵੀ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ। 6 ਮਹੀਨਿਆਂ ਤੋਂ ਘੱਟੋ ਘੱਟ ਮੈਂ ਇਸ ਏਰੀਏ ਵਿੱਚ ਅਸੀਂ ਗੁਹਾਰ ਲਾਉਂਦੇ ਫਿਰਦੇ, ਚੀਕਾਂ ਮਾਰਦੇ ਫਿਰਦੇ, ਮੇਰਾ ਨਸ਼ਾ ਜਿਹੜਾ ਦਹਿਤ ਹੈ ਜਿਹੜਾ ਜਵਾਨੀ ਸਾਡੀ ਨੂੰ ਨਿਕਲੀ ਜਾਂਦਾ। ਆਹ ਮੈਡਲ ਦੇਖ ਲਓ, ਆਹ ਤਸਵੀਰ ਦੇਖ ਲਓ ਬੱਚੇ ਦੀ, ਇਹ ਇਸ ਹੋਣੀ ਦਾ ਹੱਕਦਾਰ ਸੀ। ਇਹ ਹੋਣੀਆਂ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਹਿੰਦੇ, ਤੁਸੀਂ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ, ਹੋਰ ਜਿਹੜਾ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਤੱਕ ਜਾਂਦਾ, ਅਤੇ ਫਿਰ ਚਿੱਟਾ ਬੰਦ ਕਿੱਥੋਂ ਹੋਣਾ? ਚਿੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਪੋਲੀਟੀਕਲ ਬਿੱਲ ਦੀ ਲੋੜ ਹੈ, ਜਿਹੜੀ ਕਿ ਇਹ ਬੇਗੈਰਤ ਔਰ ਬੇਜ਼ਮੀਰੇ ਔਰ ਬਿਲਕੁਲ ਲੋਅ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਅਕਾਲੀ ਅਤੇ ਕਾਂਗਰਸੀਆਂ ਦੇ ਰੂਪ ਵਿੱਚ ਸੀ, ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ, ਉਹ ਬੂਟਿਆਂ ਨੂੰ ਫਲ ਤਾਂ ਪਹਿਲਾਂ ਹੀ ਆਉਣ ਲੱਗ ਪਏ ਸੀ, ਹੁਣ ਤਾਂ ਬਹੁਤ ਵੱਡੇ ਵੱਡੇ ਦਰੱਖਤ ਬਣ ਕੇ ਇਹ ਭਰੇ ਪਏ ਹੈ ਕੌੜੇ ਫਲਾਂ ਦੇ ਨਾਲ, ਅਤੇ ਉਹਦੇ ਜਿਹੜਾ ਚੱਖ ਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੁੰਦੀ ਹੈ ਤੁਹਾਡੇ ਸਾਹਮਣੇ। ਇਹ ਸਰਕਾਰਾਂ ਦੇ ਲਾਏ ਹੋਏ ਬੂਟੇ ਹੈ, ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੁਣ ਦੀ ਇਹ ਦੁਸ਼ਮਣ ਸਾਬਤ ਹੁੰਦੀਆਂ ਪੰਜਾਬ ਦੇ ਲੋਕਾਂ ਦੀਆਂ, ਅਤੇ ਇਹਨਾਂ ਤੋਂ ਕੋਈ ਉਮੀਦ ਜਿਹੜੀ ਰੱਖਣੀ ਆਉਣ ਵਾਲੇ ਸਮੇਂ 'ਚ ਬਿਲਕੁਲ ਬੇਮਾਨੀ ਵਾਲੀ ਗੱਲ ਹੈ। ਜੇ ਆ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ, ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ, ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕਿ ਇਸ ਕਤਲ ਨੂੰ ਕਿਵੇਂ 174 ਦੀ ਕਾਰਵਾਈ 'ਚ ਬਦਲ ਦਿੱਤਾ ਗਿਆ। ਜਦੋਂ ਪੁਲਿਸ ਮੌਕੇ 'ਤੇ ਪਹੁੰਚ ਗਈ ਸੀਗੀ, ਸਾਰਾ ਕੁਝ ਦੇਖ ਲਿਆ ਸੀਗਾ, ਲਾਸ਼ ਕਢਵਾਈ ਹੈ, ਵੀਡੀਓ ਕਲਿਪਸ ਉਹਦੀਆਂ ਅਵੇਲੇਬਲ ਹੈਗੀਆਂ, ਅਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜਦੋਂ ਪਤਾ ਹੋ ਗਿਆ ਕਿ ਗੈਰ ਕੁਦਰਤੀ ਮੌਤ ਹੈ ਅਤੇ ਨਸ਼ੇ ਨਾਲ ਹੋਈ ਹੋਈ ਹੈ, ਅਤੇ ਉਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? 174 ਦੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ। ਇਹ ਤਾਂ ਵਿਚਾਰੇ ਸਦਮੇ ਵਿੱਚ ਬੈਠੇ ਸੀ, ਉਹਨਾਂ ਨੇ ਤਾਂ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਪਈ ਹੋਵੇ ਸਾਹਮਣੇ, ਅਤੇ ਤੁਸੀਂ ਕਾਗਜ਼ਾਂ 'ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮੀਚ ਕੇ ਇਹਨਾਂ ਦੀਆਂ, ਅਤੇ ਕੱਲ੍ਹ ਨੂੰ ਕਹੋਗੇ ਇਹ ਕਾਗਜ਼ਾਂ 'ਤੇ ਇਸ ਤਰ੍ਹਾਂ ਦੇ ਕੀਤੇ ਹੋਏ ਸਾਈਨ, ਬਹੁਤਾ ਚਿਰ ਜਿਹੜਾ ਹੈਗਾ ਉਹ ਲੁਕਦੇ ਨਹੀਂ ਹੁੰਦੇ। ਹੁਣ ਇਹ ਦੇਖੋ, ਮਾਤਾ ਦੱਸ ਰਹੀ ਕਿ ਪਹਿਲਾਂ ਗਈਆਂ ਸੀ, ਜਦੋਂ ਪਹਿਲਾਂ ਤੁਹਾਨੂੰ ਦੱਸਿਆ ਗਿਆ ਘਰ ਜਾ ਕੇ ਪੈਸੇ ਬਣਾਉਣ ਗਈ ਹੋਈ ਹੈ, ਉਸ ਤੋਂ ਇਹਦੇ ਗਲ ਪੈ ਰਹੇ ਆ, ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾਹ ਵਿੱਚ ਹੈ। ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਸਿਸਟਮ ਦਾ ਸ਼ਿਕਾਰ ਹੈ, ਮੈਨੂੰ ਇਹ ਵੀ ਕਹਿਣ 'ਚ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਇਹ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਆ ਗੰਦ ਪਾਉਂਦੀ ਹੋਈ, ਇਹਦੇ ਪਿੱਛੇ ਬਹੁਤ ਵੱਡੇ ਹੱਥ ਜਿਹੜੇ ਹੈਗੇ ਆ ਪੋਲੀਟੀਕਲ ਬੰਦਿਆਂ ਦੇ, ਬਿਊਰੋਕਰੇਟ ਵੱਡਿਆਂ ਦੇ, ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੇ ਮੁਨਾਫੇ ਖੱਟ ਰਹੇ ਆ ਉਹਨਾਂ ਦੇ ਵੀ ਹੈਗੇ, ਮੇਨ ਕਾਰਨ ਹੈਗੇ ਆ। ਅਤੇ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਆ ਉਹ ਬਿਲਕੁਲ ਸਭ ਦੇ ਸਾਹਮਣੇ ਹੈ। ਨਸ਼ਿਆਂ ਦੇ ਮਾਮਲੇ ਤੋਂ ਲੈ ਕੇ ਵੈਸੇ ਤਾਂ ਮੈਂ ਜਿੰਨੇ ਮੁੱਦੇ ਹੈਗੇ ਉਹਨਾਂ ਦੀ ਬਾਰੇ ਗੱਲ ਕਰਦੇ ਹਾਂ ਅਸੀਂ, ਪਰ ਅਸੀਂ ਸਭ ਤੋਂ ਪਹਿਲੀ ਪ੍ਰਾਇਓਰਟੀ 'ਤੇ ਜਿਹੜੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਮਾਰੇ ਜਾ ਰਹੇ ਆ ਔਰ ਨਸ਼ਿਆਂ ਦੇ ਵਿੱਚ ਜਿਹੜੀ ਨੌਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ, ਇਹ ਸਾਡੀ ਪਹਿਲੀ ਪ੍ਰਾਇਓਰਟੀ ਜਿਹੜੀ ਹੈਗੀ ਹੈ ਆਉਣ ਵਾਲੇ ਸਮੇਂ 'ਚ ਹੀ ਰਹੂਗੀ, ਪਿੱਛੇ ਵੀ ਸੀਗੀ ਅਤੇ ਅੱਜ ਵੀ ਹੈਗੀ ਹੈ। ਜੇਕਰ ਆਪਣੇ ਨੱਕ ਦੇ ਥੱਲੇ ਇਹੋ ਜਿਹੇ ਪਿੰਡ ਜਿਹੜੇ ਗੁਆਂਢ ਬੈਠਾ ਹੋਵੇ ਪਵਿੱਤਰ ਸਥਾਨ ਜਨਮ ਸਥਾਨ ਦੇ, ਅਤੇ ਇੱਥੇ ਵੀ ਤੁਸੀਂ ਥੋੜ੍ਹਾ ਬਹੁਤ ਕੰਟਰੋਲ ਨਹੀਂ ਕਰ ਸਕਦੇ। ਹੁਣੇ ਪਤਾ ਲੱਗਿਆ ਮੈਂ ਦੁਪਹਿਰ ਦਾ ਇੱਥੇ ਹਾਂ ਕਿ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨ ਇਹਦੇ ਸ਼ਿਕਾਰ ਹੈਗੇ, ਕੁਝ ਬੱਚਿਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ, ਉਹਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਰਵਾਈ ਵੱਡੀ ਬਣਦੀ ਹੈ ਉਹ ਕੀਤੀ ਜਾਵੇ। ਮੇਰੇ DSP ਸਾਹਿਬ ਜਿਹੜੇ ਸੁਨਾਮ ਉਹਨਾਂ ਨਾਲ ਗੱਲ ਹੋਈ ਵੀ ਹੈ, ਉਹਨਾਂ ਨੇ ਵੀ ਕਿ ਦਿੱਤਾ ਆਸ਼ਵਾਸਨ, ਇਹ ਜਾ ਕੇ ਆਏ ਹੈ, ਬੇਸ਼ੱਕ ਅਜੇ ਵੀ ਇਹਨਾਂ ਨੇ ਕਿਹਾ ਅਸੀਂ ਤਫਤੀਸ਼ ਕਰਦੇ ਹਾਂ, ਪਰ ਇਹ ਤਫਤੀਸ਼ ਕਰਨ ਵਾਲਾ ਮਸਲਾ ਹੈ ਨਹੀਂ ਹੈਗਾ। ਤੁਸੀਂ ਤਫਤੀਸ਼ ਕਰੋ ਪਿੱਛੇ ਜਾ ਕੇ ਕਿ ਕੌਣ ਸੀਗਾ ਇਹਦੇ ਮਗਰ, ਮੁੰਡਾ ਮਰਿਆ ਹੋਇਆ 302 ਦਾ ਪਰਚਾ ਦੇਣਾ ਬਣਦਾ ਇਹਦੇ 'ਤੇ, ਉਹ ਦਿਓ। ਪਰ ਇਹ ਉਹ ਸਰਕਾਰ ਹੈ ਜਿਹਨੇ ਬਾਰਡਰ ਦੇ ਉੱਪਰ ਸ਼ੁਭਕਿਰਨ ਦੇ ਕਤਲ ਦਾ ਜਿਹੜਾ ਮੁਕੱਦਮਾ ਸੀ ਅਤੇ ਜਦੋਂ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋ ਗਿਆ ਸੀ ਤਾਂ ਫਿਰ ਕਈ ਦਿਨਾਂ ਬਾਅਦ ਦਿੱਤਾ ਸੀ। ਇਸ ਤਰ੍ਹਾਂ ਦੇ
ਬੇਗਰਤ ਲੋਕਾਂ ਦੀ ਸਰਕਾਰ ਨੂੰ ਇੱਕ ਬੱਚੇ ਮਰੇ ਦੀ ਕਾਹਲੀ ਤਕਲੀਫ ਹੈ, ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਬਿਮਾਰੀ ਆਪਦੀ ਹੋਊਗੀ, ਹਾਲਾਂਕਿ ਹੋਈ ਵੀ ਹੈਗੀ, ਕੋਈ ਕਮੀ ਪੇਸ਼ੀ ਨਹੀਂ ਹੈ, ਫਿਰ ਵੀ ਇਸ ਦੇ ਬਾਵਜੂਦ ਇਹਨਾਂ ਦੀ ਕੰਨ 'ਤੇ ਕੋਈ ਕਦੇ ਜੂ ਨਹੀਂ ਸਰਕੀ। ਅਸੀਂ ਆਪਣੀ ਜਿਹੜੀ ਲੋਕ ਹੈਗੇ ਹਾਂ ਕੁਛ ਇਕੱਠੇ ਸੰਗਰੂਰ ਦੇ ਜਾਗਦੇ ਲੋਕਾਂ ਦੀ ਟੀਮ ਦੇ ਨਾਲ ਮੇਰੇ ਨਾਲ ਹੈਗੇ ਆ, ਪਤਾ ਲੱਗਿਆ ਤਾਂ ਇਹ ਬੋਲੇ ਇਹ ਤਾਂ ਆਪਣੇ ਘਰ ਬੈਠੇ ਸੀ, ਕੋਈ ਅੱਜ ਤੱਕ ਇਹਨਾਂ ਕੋਲੋਂ ਆਇਆ ਨਹੀਂ, ਕੋਈ ਪ੍ਰੈਸ ਨਹੀਂ ਆਈ, ਤੁਸੀਂ ਚਲੋ ਮਿਹਨਤ ਕਰਕੇ ਇੱਥੇ ਆਪਣਾ ਟਾਈਮ ਕੱਢ ਕੇ ਹਿੰਮਤ ਕਰਕੇ ਆਏ ਹੋ, ਅਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਹਾਡੇ ਥਰੂ ਵੀ ਇਹ ਜਿਹੜੀ ਖਬਰ ਹੈ ਸਾਰੇ ਪੰਜਾਬ ਦੀ ਪ੍ਰੈਸ ਨੂੰ ਜਾਣੀ ਚਾਹੀਦੀ ਹੈ। ਮਾਂ ਪਿਓ ਦੀ ਗੱਲ ਕਹੀਏ, ਮਾਂ ਪਿਓ ਕਹਿ ਰਿਹਾ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ, ਕੀ ਤੁਹਾਡੇ ਵੱਲੋਂ ਉਹਨਾਂ ਬੰਦ ਦੀ ਮਦਦ ਕੀਤੀ ਜਾਵੇਗੀ? ਇਨਸਾਫ ਤਾਂ ਪੁਲਿਸ ਨੇ ਦੇਣਾ, ਪ੍ਰਸ਼ਾਸਨ ਨੇ ਦੇਣਾ, ਮੁਕੱਦਮਾ ਦਰਜ ਕਰਕੇ ਜਿਹੜੇ ਦੋਸ਼ੀ ਇਹ ਦੱਸ ਰਹੇ ਆ ਉਹਨਾਂ ਨੂੰ ਵਿੱਚ ਆਪਣਾ ਕਰਕੇ ਨਾਮਜ਼ਦ ਉਹਦੀ ਤਫਤੀਸ਼ ਕਰ ਲੈਣ, ਜੇ ਇਹਨਾਂ ਦੀ ਗੱਲ ਕੋਈ ਗਲਤ ਲੱਗੂ ਤਾਂ ਸਾਹਮਣੇ ਆਜੂ, ਤਫਤੀ ਇੰਟਰੋਗੇਸ਼ਨ ਅਤੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀ ਹੁੰਦੀ ਹੈ, ਉਹਦੇ ਨੂੰ ਲੈ ਕੇ ਪੁੱਛਿਆ ਜਾਊਗਾ ਆਪੇ ਦੇ, ਮਗਰ ਹਾਲਾਂਕਿ ਇਹ ਤਾਂ ਹੋ ਜਾਊਗਾ, ਮੈਨੂੰ ਪਤਾ ਕਰਨਾ ਪਊਗਾ ਇਹਨਾਂ ਕੋਲ ਹੱਲ ਕੋਈ ਨਹੀਂ, ਪਰ ਪਿੱਛੇ ਨਹੀਂ ਤੁਰਦੇ, ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਤੁਰਦੇ ਪਿਛਲੀ ਚੇਨ 'ਤੇ ਨਹੀਂ ਜਾਂਦੇ, ਹੁਣ ਵੱਧ ਤੋਂ ਵੱਧ ਕੀ ਕਰ ਦੇਣਗੇ, 300 ਦਾ ਪਰਚਾ ਵੀ ਦੇ ਦੇਣਗੇ, ਮੈਨੂੰ ਪਤਾ ਉਹ ਚਲਾਣ ਵੀ ਹੋ ਜਾਣਗੇ ਉਹ ਬੰਦੇ, ਪਰ ਉਹਦੇ ਨਾਲ ਹੱਲ ਥੋੜ੍ਹਾ ਹੁੰਦਾ, ਉਹ ਜਿੰਨਾ ਚਿਰ ਤੁਸੀਂ ਮਗਰਲੀ ਚੇਨ ਜਿਹੜੀ ਸਪਲਾਈ ਕਿੱਥੋਂ ਆਇਆ, ਆਉਣ ਵਾਲੇ ਸਮੇਂ ਵਿੱਚ ਕੁਛ ਨਾਮ ਆ ਰਹੇ ਆ, ਮੈਨੂੰ ਥੋੜ੍ਹਾ ਜਿਹਾ ਇਹਦੇ 'ਚ ਹੋਰ ਡੂੰਘਾਈ ਚਲੇ ਜਾਣ ਦਿਓ, ਮੈਂ ਦੱਸੂਗਾ ਕਿ ਇਸ ਇਲਾਕੇ ਦੇ ਉਸ ਤੋਂ ਉੱਪਰਲੇ ਕਿਹੜੇ ਲੋਕ ਹੈ ਜਿਹੜੇ ਨਸ਼ਾ ਇਸ ਪਾਸੇ ਵਿਕਾ ਰਹੇ ਆ, ਅਤੇ ਉਸ ਤੋਂ ਪਿਛਲੇ ਵੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ, ਪਰ ਅੱਜ ਜਿਹੜਾ ਹੈਗਾ ਪਹਿਲਾ ਜਿਹੜਾ ਫੌਰੀ ਤੌਰ 'ਤੇ ਅਮਲ ਕਰਨਾ ਇਹ ਬਣਦਾ ਕਿ ਉਹ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਬਾਈ ਨੇਮ ਜਿਹੜਾ ਹੈਗਾ ਏਸੇ ਨੂੰ 302 'ਚ ਕਨਵਰਟ ਕਰਕੇ ਇਹਦੀ ਤਫਤੀਸ਼ ਕਰਕੇ ਲੈ ਕੇ ਆਵੇ ਪੁਲਿਸ ਸਾਹਮਣੇ, ਫਿਰ ਇਸ ਕੇਸ ਨੂੰ ਬਿਲਕੁਲ ਅਸਿਸਟ ਕਰਾਂਗੇ ਨਾਲ ਅਸੀਂ ਜਿੱਥੇ ਲੋੜ ਪਏਗੀ, ਜੇ ਪੁਲਿਸ ਚਾਹੂਗੀ ਤਾਂ, ਹਾਲਾਂਕਿ ਚਾਹੁੰਦੀ ਨਹੀਂ ਹੁੰਦੀ ਪੁਲਿਸ, ਜੇ ਉਵੇਂ ਜਿਵੇਂ ਵੇਖੀ ਤਾਂ ਫਿਰ ਜ਼ਿ੮ਮੇਵਾਰੀਆਂ ਤਾਂ ਮੁੱਖ ਮੰਤਰੀ ਦੀ ਵੀ ਬਣਦੀ ਹੈ ਅਤੇ ਤੁਹਾਡੇ ਅਮਨ ਅਰੋੜੇ ਦੀ ਵੀ ਬਣਦੀ ਹੈ, ਅਤੇ 25 ਮੌਤਾਂ ਤਾਜ਼ੀਆਂ ਪਿੱਛੇ ਉੱਥੇ ਹੋ ਕੇ ਹਟੀਆਂ ਸ਼ਰਾਬ ਦੇ ਨਾਲ, ਇਹ ਸਾਰੇ ਕਤਲ ਨੇ, ਇਹਨਾਂ ਨੂੰ ਗੈਰ ਕੁਦਰਤੀ ਮੌਤਾਂ ਨੂੰ ਬਿਲਕੁਲ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ, ਔਰ ਜੇ ਅਸੀਂ ਇਹਨਾਂ ਨੂੰ ਸਹੀ ਇਨਸਾਫ ਦਿਵਾਉਣ ਦੀ ਕਾਰਵਾਈ ਕਰਾਂਗੇ, ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਹੈਗੇ ਆ ਇਸ ਧੰਦੇ ਤੋਂ ਵੜਨ ਵਿੱਚ ਗਰੇਜ ਕਰਨਗੇ, ਪਰ ਜਦੋਂ ਅਸੀਂ ਕਾਰਵਾਈ ਨਹੀਂ ਕਰਨੀ ਤਾਂ ਲੋਕਾਂ ਜਿਹੜੇ ਹੈਗੇ ਇਹਨਾਂ ਦੇ ਹੌਸਲੇ ਵੱਡੇ ਹੁੰਦੇ ਆ, ਅਤੇ ਪੋਲੀਟੀਕਲ ਲੋਕ ਜਿਹੜੇ ਹੈਗੇ ਆ ਬੇਸ਼ਰਮੀ ਭਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਤਕਰੀਰਾਂ 'ਤੇ ਬਿਆਨ ਕਰਦੇ ਆ ਕਿ ਇੱਥੇ ਤਾਂ ਜੀ ਸ਼ਰਾਬ ਬਾਰੇ ਕਿਹਾ ਨਹੀਂ ਸੀ ਨਾ ਮਰੋੜੇ ਨੇ, ਵੀ ਹੈ ਨਹੀਂ ਜੀ ਸਾਡੇ ਕੋਲ ਸਬੂਤ ਲਿਆਓ, ਪਹਿਲਾਂ ਵੀ ਸ਼ਰਾਬ ਨਕਲੀ ਸੀ ਕਿ ਜਾਂ 2 ਨੰਬਰ ਦੀ ਸੀ, 2 ਨੰਬਰ ਦੀ ਸ਼ਰਾਬ ਕਿਹਨੇ ਰੋਕਣੀ, ਲੋਕਾਂ ਨੇ ਥੋੜ੍ਹਾ ਰੋਕਣੀ, ਸਰਕਾਰ ਨੇ ਰੋਕਣੀ, ਅਤੇ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਸਰਕਾਰ ਨੂੰ ਆਪਣੇ ਸਿਰ ਲੈਣੀਆਂ ਪੈਣਗੀਆਂ, ਇਹ ਸਮਾਂ ਜਿਹੜਾ ਹੈਗਾ ਇਹ ਜਿਹਾ ਨਹੀਂ ਹੈਗਾ, ਕਿੰਨੀ ਦੇਰ ਹੋਰ ਅੱਖ ਬੰਦ ਕਰਾਂਗੇ, ਸਾਡੀ ਜਵਾਨੀ ਬਰਬਾਦ ਹੋ ਚੁੱਕੀ ਹੈ ਜੀ।